हाँ जी, तो असं पहुँच गए करोल बाग दे विच बनी हुई शॉप रॉयल बुलेट एक्सेसरी वर्ल्ड। ਅੱਜ ਸਾਡੀ ਬਾਈਕ ਹੋ ਗਈ ਸੀ ਬਿਮਾਰ ਥੋੜ੍ਹੀ ਜਿਹੀ, ਤਾਂ ਉਹਦੀ ਟ੍ਰੀਟਮੈਂਟ ਥੋੜ੍ਹੀ ਜਿਹੀ ਲੈ ਲਈ ਸੀ ਅਸੀਂ, ਅਤੇ ਹੁਣ ਅਸੀਂ ਫਾਈਨਲ ਟ੍ਰੀਟਮੈਂਟ ਲੈ ਰਹੇ ਹਾਂ ਕਿ ਸਾਨੂੰ ਅਗਲੇ ਸਫ਼ਰ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ, ਤਾਂ ਉਹ ਜ਼ਰੂਰੀ ਹੈ। ਹਾਂਜੀ, ਅਤੇ ਸਾਡੇ ਇਸ ਰੋਇਲ ਬੁਲਟ ਅਸੈਸਰੀ ਵਰਲਡ ਦੇ ਓਨਰ ਹੈ ਆਪਣੇ ਮਿਸਟਰ ਕਮਲ ਜੀ। ਹਾਂਜੀ ਕਮਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਤੁਹਾਡੇ ਕੋਲ ਮੈਂ ਇਸ ਟਾਈਮ ਚੌਥੀ ਪੰਜਵੀਂ ਵਾਰ ਵਿਜ਼ਿਟ ਕਰ ਰਿਹਾ ਹਾਂ। ਸਰ, ਜਿਹੜੀ ਜਿਹਦੀ ਦੁਕਾਨ ਹੁੰਦੀ ਹੈ ਉਹ ਬੰਦਾ ਉਸ ਦੁਕਾਨ 'ਤੇ ਆਉਂਦਾ ਜ਼ਰੂਰ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੁਸੀਂ ਆਪਣੀ ਸ਼ੋਪ ਦੀ ਥੋੜੀ ਬਰੀਫਿੰਗ ਦਿਖਾ ਸਕਦੇ ਹੋ, ਵਿਜ਼ਿਟ ਕਰਾ ਸਕਦੇ ਹੋ ਸ਼ੋਪ ਦੀ? ਬਿਲਕੁਲ ਜੀ ਬਿਲਕੁਲ। ਜਿਵੇਂ ਮੇਰੇ ਰਾਈਟ ਹੈਂਡ ਸਾਈਡ ਤੇ ਪੂਰੀ ਐਕਸੈਸਰੀਜ਼ ਹੈ ਸਾਰੇ, ਤੁਹਾਨੂੰ ਮੋਬਾਈਲ ਹੋਲਡਰਸ, ਹੌਰਨਸ, ਵਹੀਕਲ ਹੌਰਨਸ, ਇੰਡੀਕੇਟਰਸ, ਬੈਗਸ, ਵੈਡਿੰਗ ਬੈਗਸ, ਪੈਟਰੋਲ ਟੈਂਕ ਤੇ ਤੁਹਾਨੂੰ ਜਿਹੜੇ ਨੇ ਕੈਨਸ, ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਸਮ ਗਾਰਡਸ ਮਿਲ ਜਾਂਦੇ ਨੇ ਰਾਈਟ ਹੈਂਡ ਸਾਈਡ ਦੇ ਮੁੰਡੇ, ਹੈਡਲਾਈਟਸ, ਫੋਗ ਲੈਂਪਸ, ਇਹ ਪੂਰਾ ਜਿਹੜਾ ਕਾਊਂਟਰ ਹੈ ਇਹਨਾਂ ਦਾ, ਜਿੱਥੇ ਸਾਰੇ ਸੇਲਸਮੈਨ ਹਰ ਇੱਕ ਚੀਜ਼ ਬਰੀਫ ਕਰਦੇ ਨੇ। ਅਤੇ ਇਹ ਰਾਈਡਿੰਗ ਦਾ ਸਮਾਨ ਹੋ ਗਿਆ, ਅਤੇ ਆਪਾਂ ਜੇਕਰ ਇਸ ਪਾਸੇ ਘੁੰਮਦੇ ਹਾਂ ਤਾਂ ਅਲੋਏ ਵੀਲਸ ਦੀ ਪੂਰੀ ਗੈਲਰੀ ਹੈ, ਡਬਲ ਡਿਸਕ, ਸਿੰਗਲ ਡਿਸਕ, ਇੱਥੇ ਡਿਫਰੈਂਟ ਡਿਫਰੈਂਟ ਹੈਂਡਲਸ ਨੇ, ਉੱਥੇ ਕਰੈਸ਼ ਗਾਰਡ, ਲੈਗ ਗਾਰਡ ਹੈਗੇ ਨੇ, ਅਤੇ ਉੱਥੇ ਟੋਪ ਬਾਕਸ ਲੱਗੇ ਹੋਏ ਨੇ। ਸਾਰੀਆਂ ਗੱਡੀਆਂ ਹਿਮਾਲੀਅਨ ਹੋਏ, ਹੋਂਡਾ ਹੋਏ, ਜਾਵਾ ਹੋਏ, ਉਹਦਾ ਸਾਰਾ ਸਮਾਨ ਹੈ। ਜਿਵੇਂ ਗੱਡੀ ਲੱਦਾਖ ਦੇ ਵਾਸਤੇ ਰੈਡੀ ਹੋ ਰਹੀ ਹੈ। ਅੱਛਾ ਜੀ, ਇਹ ਹੁਣ HR42 ਤੋਂ ਆਈ ਹੋਈ ਹੈ, ਇੰਨੀ ਦੂਰੋਂ ਆਈ ਹੈ ਅਲੋਏ ਵੀਲਸ ਕੱਪੜੇ ਸ਼ੋਰੂਮ ਜਿਹੜਾ ਹੈ ਰੋਇਲ ਬੁਲੇਟ ਐਕਸੈਸਰੀਜ਼ ਵਰਲਡ ਕਰੋਲ ਬਾਗ, ਕਿਉਂਕਿ ਤੁਸੀਂ ਦੇਖ ਰਹੇ ਹੋ RM ਰੋਡੀਜ਼ ਯੂਟਿਊਬ ਚੈਨਲ, ਜਿਹੜਾ ਸਾਡਾ ਆਪਣਾ ਪਰਿਵਾਰ ਹੈ। ਤੁਹਾਨੂੰ ਇੱਕ ਇੱਕ ਇਨਫੋਰਮੇਸ਼ਨ ਇਸ ਚੈਨਲ 'ਤੇ ਮਿਲਦੀ ਹੈ, ਅਤੇ ਜਿਹੜਾ ਵੀ ਬੰਦਾ ਦਿੱਲੀ ਵਿਜ਼ਿਟ ਕਰੇ ਉਹਨੂੰ ਕੋਈ ਵੀ ਰੋਇਲ ਐਨਫੀਲਡ ਤੋਂ ਰਿਲੇਟਡ ਕੋਈ ਵੀ ਗੱਲ ਹੈ ਤੁਸੀਂ ਮੇਰੇ ਨਾਲ ਸਾਂਝਾ ਕਰ ਸਕਦੇ ਹੋ, ਮਿਲ ਸਕਦੇ ਹੋ, ਮੇਰੇ ਤੋਂ ਪੁੱਛ ਸਕਦੇ ਹੋ। ਅਸੀਂ ਤੁਹਾਡੀ ਤੁਹਾਡੇ ਨਾਲ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ ਹਾਂ ਅਸੀਂ ਜੀ? 9810105351 ਸਾਡਾ ਆਫੀਸ਼ੀਅਲ ਨੰਬਰ ਹੈ। ਮਾਰਨਿੰਗ 10:30 to 7:30 ਆਲਵੇਸ ਅਵੇਲੇਬਲ। 7 ਡੇਜ਼ ਇਹ ਵੀਕ ਹੈ? ਹਾਂਜੀ, 7 ਡੇਜ਼ ਹੈ। ਮੰਡੇ 12 ਤੋਂ 6 ਹੁੰਦੇ ਆ, ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਵਾਸਤੇ ਅਸੀਂ ਜਿਹੜਾ ਹੈ ਅਵੇਲੇਬਲ ਰਹਿੰਦੇ ਹਾਂ। ਅਤੇ ਇਸ ਤੋਂ ਇਲਾਵਾ ਤੁਸੀਂ ਕੋਈ ਬਾਈਕਰ ਦਾ ਹੋਰ ਵੀ ਅਸੈਸਰੀ ਰੱਖਦੇ ਹੋ ਨਾਲ ਆਪਣੇ? ਇਸ ਤੋਂ ਇਲਾਵਾ ਮੈਂ ਰੀਸਟੋਰੇਸ਼ਨ ਕਰਨਾ ਹੈ ਜੀ, ਉਹ ਵੀ ਤੁਹਾਨੂੰ ਡਿਪਾਰਟਮੈਂਟ ਦਿਖਾਉਣਾ ਹੈ ਕਿ ਕਿਹੋ ਜਿਹਾ। ਚਲੋ ਆਜੋ ਭਾਜੀ, ਆਓ ਜੀ ਆਓ। ਭਾਜੀ, ਜਦੋਂ ਨਾ ਆਪਾਂ ਕਿਸੇ ਲੰਬੇ ਸਫ਼ਰ 'ਤੇ ਜਾਂਦੇ ਹਾਂ, ਆਪਾਂ ਨੂੰ ਲੋੜ ਪੈਂਦੀ ਹੈ ਰੈਸਟ ਵਾਸਤੇ, ਖਾਸ ਕਰਕੇ ਪਿਲੀਅਨ ਵਾਸਤੇ, ਉਹਦੇ ਲਈ ਤੁਹਾਡੇ ਕੋਲ ਕੀ ਚੀਜ਼ ਹੈ? ਮੈਨੂੰ ਭਾਬੀਆਂ ਦਾ, ਭੈਣਾਂ ਦਾ ਬੜਾ ਖਿਆਲ ਰੱਖਣਾ ਪੈਂਦਾ ਹੈ, ਇਹਨਾਂ ਦੇ ਕਰਕੇ ਜਿਹੜੀ ਮਾਤਰ ਸ਼ਕਤੀ ਹੈ ਨਾ, ਇਹ ਸ਼ਕਤੀ ਦੀ ਦੇਵੀ ਹੈ, ਇਹਨੂੰ ਸ਼ਾਂਤ ਬਿਠਾਉਣਾ ਪੈਂਦਾ। ਸਹੀ ਹੈ, ਉਹਦੇ ਵਾਸਤੇ ਜਿਹੜੇ ਬੈਕਰੈਸਟ ਹੈਗੇ ਨੇ ਸਾਰੇ ਅਸੀਂ ਰੱਖੇ ਹੋਏ ਨੇ। ਠੀਕ ਹੈ ਜੀ। ਅੱਛਾ, ਫਿਰ ਇੱਕ ਗੱਲ ਮੈਂ ਦੱਸ ਦਵਾਂ ਕਿ ਮੈਂ ਲੋਹੇ ਦਾ ਕੋਈ ਵੀ ਸਮਾਨ ਨਹੀਂ ਭੇਜਦਾ, ਮੈਂ ਸਟੇਨਲੈਸ ਸਟੀਲ 'ਤੇ ਬਿਲੀਵ ਕਰਨਾ। ਅੱਛਾ ਜੀ। ਕਿਉਂਕਿ ਸਟੇਨਲੈਸ ਸਟੀਲ ਦੀ ਲਾਈਫ ਲੋਹੇ ਤੋਂ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ। ਅਤੇ ਅਸੀਂ ਕੋਈ ਵੀ ਡੀਲ ਕਰਦੇ ਹਾਂ ਕਰੈਸ਼ ਗਾਰਡ ਦੇ ਵਿੱਚ ਜਾਂ ਬੈਕਰੈਸਟ ਦੇ ਵਿੱਚ, ਉਹ ਸਾਰੇ ਸਟੇਨਲੈਸ ਸਟੀਲ ਹੁੰਦੇ ਨੇ, ਲੋਹਾ ਨਹੀਂ ਹੁੰਦਾ, ਅਤੇ ਲਾਈਫ ਟਾਈਮ ਵਾਰੰਟੀ ਹੁੰਦੀ ਹੈ, ਤੁਹਾਨੂੰ ਰਸਟ ਦੀ ਪ੍ਰੋਬਲਮ ਨਹੀਂ ਆਏਗੀ। ਠੀਕ ਹੈ। ਮਤਲਬ ਸਾਰੇ ਵਰਾਇਟੀ ਤੁਹਾਡੇ ਕੋਲ ਹੈਗੀ? ਸਾਰੀ ਬਾਈਕਸ ਵਾਸਤੇ ਸਾਰੀ ਵਰਾਇਟੀ ਹੈ। ਕੋਈ ਵੀ ਤੁਸੀਂ ਅਗਰ ਚੈੱਕ ਕਰੋਗੇ ਉਠਾ ਕੇ, ਹਾਂਜੀ, ਬੜਾ ਹੈਵੀ ਹੋਏਗਾ, ਹਾਂਜੀ, ਤੇ ਬੜਾ ਕੰਫਰਟ ਹੋਏਗਾ ਉਹਦੇ ਵਿੱਚ, ਕਿ ਪਿੱਛੇ ਜਿਹੜਾ ਬੈਠ ਵਾਲਾ ਬੰਦਾ ਉਹ ਬੜੇ ਸੁੱਖ ਨਾਲ ਆਪਣੀ ਯਾਤਰਾ ਕਰ ਸਕਦਾ। ਠੀਕ ਹੈ। ਸਾਡੀ ਤਾਂ ਭਾਜੀ ਇਹ ਗੱਲ ਹੁੰਦੀ ਹੈ, ਮੈਂ ਜੋ ਸੀ ਜਿਸ ਟਾਈਮ ਅਸੀਂ ਦੋਨੇ ਆਉਂਦੇ ਹਾਂ, ਮੋਸਟਲੀ ਇਹ ਬਾਈਕ ਰਾਈਡ ਕਰਦੀ ਹੈ, ਤੇ ਬੈਠਣਾ ਪਿੱਛੇ ਮੈਨੂੰ ਪੈਂਦਾ ਉਸ ਟਾਈਮ ਸੁਣਿਆ। ਉਹ ਤੇ ਜੀ ਇਹ ਤੇ ਸਹੀ ਹੈ ਜੀ, ਆਓ ਜੀ ਉੱਤੇ ਦਿਖਾਉਂਦੇ ਹਾਂ। ਚਲੋ ਭਾਜੀ, ਹੁਣ ਆਪਾਂ ਪਹੁੰਚ ਚੁੱਕੇ ਜੀ ਸਾਡੇ ਫਸਟ ਫਲੋਰ ਤੇ, ਜਿੱਥੇ ਇਹ ਗੱਡੀਆਂ ਰੇਡੀਆਂ ਹੁੰਦੀਆਂ ਨੇ। ਜਿਵੇਂ ਇਹ ਗੱਡੀ ਹੈ ਬਾਪਰੇ ਬਾਪ, ਇਹਦਾ ਨਾਂ ਇਸ ਕਰਕੇ ਬਾਪਰੇ ਬਾਪ ਰੱਖਿਆ ਕਿ ਜਦ ਅਸੀਂ ਪਹਿਲੀ ਗੱਡੀ ਰੇਡੀ ਕੀਤੀ ਸੀ 2016 ਦੇ ਵਿੱਚ, ਠੀਕ ਹੈ, ਤੇ ਜਿਸ ਕੁੜੀ ਦੀ ਰੇਡੀ ਕੀਤੀ ਸੀ ਉਹਨੇ ਗੱਡੀ ਵੇਖ ਕੇ ਬਾਪਰੇ ਬਾਪ, ਅੱਛਾ, ਇਹ ਕੀ ਬਣਾਤਾ। ਠੀਕ ਹੈ, ਅਸੀਂ ਗੱਡੀ ਦਾ ਹੀ ਨਾਂ ਰੱਖਤਾ ਬਾਪਰੇ ਬਾਪ। ਅੱਛਾ। ਤੇ ਇਹ 2017 ਕਲਾਸਿਕ ਹੈ, ਰੈਡ ਬਾਪਰੇ ਬਾਪ ਹੈ, ਆਪਣੇ ਘਰ ਚਲੀ ਜਾਏਗੀ 2-3 ਦਿਨਾਂ 'ਚ। ਇੱਥੇ ਵਾਈਟ ਟਾਈਗਰ ਖਲੋਤਾ, ਤੁਸੀਂ ਦੇਖੋ। ਇਹ ਸਾਰੇ ਤੁਸੀਂ ਡਿਜ਼ਾਈਨਿੰਗ ਆਪ ਕੀਤੀ ਸਾਰੀ ਜੀ? ਇਹ ਕਿਰਪਾ ਜੀ, ਇਹ ਪੈਟਰਨ ਅਸੀਂ ਰਜਿਸਟਰਡ ਕਰਾਇਆ ਹੋਇਆ, ਕਿਉਂਕਿ ਤਾਂ ਹੀ ਸਾਰੇ ਮਡਗਾੜਾਂ ਤੇ ਰੋਇਲ ਬੁਲੇਟ ਦਾ ਲੋਗੋ ਹੈ। ਠੀਕ ਹੈ। ਹਰ ਬੁਲੇਟ ਜਿਹੜੀ ਜਾਏਗੀ ਬਾਪਰੇ ਬਾਪ ਬਣ ਕੇ ਉਹਦੇ ਤੇ ਰੋਇਲ ਬੁਲੇਟ ਹੈ। ਇਹ ਕੈਫੇ ਰੇਸਰ ਰੈਡੀ ਕੀਤੀ ਹੋਈ ਆ। ਅੱਛਾ ਜੀ, ਦੇਖੋ ਪਿੱਛੋਂ ਜੇਕਰ, ਹਾਂਜੀ ਹਾਂਜੀ, ਇਹ ਚੀਜ਼ ਦੇਖੋਗੇ। ਹਾਂਜੀ, ਇਹ 2017 ਨਹੀਂ 2014 ਮਾਡਲ। ਅੱਛਾ, 2014 ਮਾਡਲ ਆ ਜੀ। ਹਾਂਜੀ, ਇਹ ਕਲਾਸਿਕ ਹੈ ਜੀ। ਠੀਕ ਹੈ। ਰੈਡੀ ਕੀਤੀ ਹੈ, ਇਹ ਵੀ ਗੱਡੀ ਜਾਏਗੀ, ਉਹ 5 ਲੇਅਰ ਪੇਂਟ ਕੀਤਾ ਹੋਇਆ, ਇਹ ਗੱਡੀ ਹੁਣ ਰੈਡੀ ਹੋਣ ਵਾਸਤੇ ਆਈ ਹੈ। ਤੇ ਜੇਕਰ ਆਪਾਂ ਅੰਦਰ ਚੱਲੇ ਆ, ਜਿਹੜਾ ਸਾਡਾ ਮੇਨ ਰੀਸਟੋਰੇਸ਼ਨ ਦਾ ਅੱਡਾ ਹੈ, ਜਿਹਨੂੰ ਅੱਡਾ ਕਵਾਂਗੇ, ਉਹ ਦੇਖੋ ਜੀ, ਇਹ ਗੱਡੀਆਂ ਰੇਡੀਆਂ ਹੋ ਰਹੀਆਂ ਨੇ। ਇਹ ਗੱਡੀ ਜਰਮਨ ਜਾਣੀ ਹੈ। ਕਿੱਥੇ ਆਣੀ ਹੈ ਇਹ? ਜਰਮਨ ਜਾਏਗੀ ਸਰ ਇਹ ਗੱਡੀ। ਅੱਛਾ, ਤੁਸੀਂ ਬਾਹਰ ਵੀ ਭੇਜ ਦਿਓ ਐਕਸਪੋਰਟ? ਹਾਂਜੀ, ਇਹ ਗੱਡੀ ਜਰਮਨ ਜਾਏਗੀ। ਠੀਕ ਹੈ। ਉਹ ਗੱਡੀਆਂ ਸਾਰੀਆਂ ਰੇਡੀਆਂ ਹੋਣ ਵਾਸਤੇ ਆਈ ਹੋਈਆਂ ਨੇ, ਇਹ ਮੋਟੇ ਮੋਟੇ ਟਾਇਰ ਪੈ ਰਹੇ ਨੇ ਗੱਡੀਆਂ 'ਚ। ਅੱਛਾ ਜੀ, ਲੇਕਿਨ ਮਤਲਬ ਤੁਸੀਂ ਹਾਰਲੇ ਕੰਮ ਵਧੀਆ ਕਰ ਦਿੰਦੇ ਹੋ, ਤਾਂ ਲੋਕ ਹਾਰਲੇ ਭੁੱਲ ਜਾਣਗੇ ਹਿਸਾਬ ਨਾਲ। ਨਹੀਂ ਭਾਜੀ, ਪਤਾ ਕੀ ਹੈ,
ਅਸੀਂ ਫਰੇਮ ਦੇ ਨਾਲ ਕੋਈ ਛੇੜਛਾੜ ਨਹੀਂ ਕਰਦੇ। ਸਾਡੀ ਜਿਹੜੀ ਕੁਆਲਿਟੀ ਆਫ ਵਰਕ ਹੈ, ਮੈਂ ਬੁਲਟ ਦੀ ਜਿਹੜੀ ਰੀਡ ਦੀ ਹੱਡੀ ਹੈ ਉਹਦੇ ਇੱਕ ਵੀ ਟਾਂਕਾ ਨਹੀਂ ਲਾਉਂਦਾ, ਮਤਲਬ ਕੋਈ ਵੈਲਡਿੰਗ ਨਹੀਂ, ਕੋਈ ਕਟਿੰਗ ਨਹੀਂ, ਸਾਰਾ ਜੈਨੂਅਨ ਰਹੇਗਾ। ਟਾਇਰ ਮੋਟੇ ਪੈ ਜਾਣਗੇ, ਇਹ ਤੁਸੀਂ ਦੇਖੋ, ਹਾਂਜੀ, ਹੁਣ ਪੂਰਾ ਜੈਨੂਅਨ ਫਰੇਮ ਹੈ, ਜੈਨੂਅਨ ਸ਼ੌਕਰਸ ਨੇ। ਅੱਗੇ ਅਸੀਂ ਜਿਹੜਾ 110/90 ਟਾਇਰ ਪਾਤਾ, ਠੀਕ ਹੈ, ਹੁਣ ਪਿੱਛੇ ਦੇਖੋ ਕੋਈ ਚੇਂਜਿੰਗ ਨਹੀਂ ਹੈ। ਖਾਲੀ ਜਿਹੜਾ ਸਵਿੰਗ ਆਮ ਹੈ, ਅਸੀਂ ਸਵਿੰਗ ਆਮ ਚੇਂਜ ਕਰਾਂਗੇ, ਜਿਹੜਾ 140-150 ਦਾ ਟਾਇਰ ਹੈ ਉਹ ਚੱਲੇਗਾ, ਠੀਕ ਹੈ। ਬਾਕੀ ਇਹਨੂੰ ਬੋਵਰ ਬਣਾ ਕੇ, ਲੁੱਕ ਵਧੀਆ ਜੀ ਦੇ ਕੇ, ਸਿੰਗਲ ਰਾਈਡਰ ਬਣਾ ਕੇ, ਭਾਵੇਂ ਤੁਸੀਂ ਇਹਨੂੰ ਜਿੱਥੇ ਮਰਜ਼ੀ ਲੈ ਜਾਓ, ਕਿਉਂਕਿ ਕੋਈ ਵੈਲਡਿੰਗ ਵਾਲਾ ਕੰਮ, ਕੋਈ ਜੁਗਾੜ ਵਾਲਾ ਕੰਮ ਸਾਡੇ ਵੱਸ ਦੀ ਨਹੀਂ। ਭਾਜੀ ਉਹ ਟਾਇਰ ਚੇਂਜ ਹੁੰਦੇ, ਕੋਈ ਇੰਜਨ ਦੀ ਪਰਫਾਰਮੈਂਸ ਤੇ ਫਰਕ ਪੈਂਦਾ ਕੋਈ? ਭਾਜੀ 1-1.5 ਕਿਲੋਮੀਟਰ ਜ਼ਰੂਰ ਐਵਰੇਜ ਘਟਦੀ ਹੈ, ਕਿਉਂਕਿ ਮੋਟਾ ਟਾਇਰ ਜਦ ਗੱਡੀ ਖਿੱਚਦੀ ਹੈ ਤੇ ਉਹਦੇ ਚ ਥੋੜੀ ਜਿਹੀ ਜਾਨ ਜ਼ਿਆਦਾ ਲੱਗਦੀ ਹੈ। ਮੈਂ ਮੋਸਟਲੀ ਲੋਕਾਂ ਨੂੰ ਕਹਿਣਾ ਕਿ 500cc ਗੱਡੀ ਮੋਡੀਫਾਈਡ ਕਰਾਓ, 500cc ਦੇ ਵਿੱਚ ਜਾਨ ਬਹੁਤ ਹੁੰਦੀ ਹੈ, ਉਹ ਗੱਡੀ ਆਰਾਮ ਨਾਲ ਮੋਟੇ ਟਾਇਰਾਂ ਨੂੰ ਖਿੱਚ ਸਕਦੀ ਹੈ। ਅਸਲ ਤਾਂ ਉਸ ਟਾਈਮ 500cc ਦਾ ਬੰਦ ਹੋ ਗਈ ਇਸ ਟਾਈਮ ਤਾਂ। ਹਾਂਜੀ ਭਾਜੀ, ਲੇਕਿਨ ਜਿਹੜੇ ਪੁਰਾਣੀ 500cc ਸਟੈਂਡਰਡ ਹੈ, ਕਲਾਸਿਕ ਹੈ, ਉਹ ਸਾਰੀ ਅਵੇਲੇਬਲ ਨੇ, ਜਿਵੇਂ ਇਹ ਵੀ 500cc ਆਈ ਹੋਈ ਹੈ, ਠੀਕ ਹੈ ਜੀ। ਤੇ ਹੁਣ ਜਦ ਇਹ ਗੱਡੀ ਰੈਡੀ ਹੋ ਕੇ ਜਾਏਗੀ ਤੇ ਇਹ ਵੀ ਉੱਥੇ ਜਾ ਕੇ ਕੈਰ ਬਚਾਏਗੀ। ਕੀ ਤੁਹਾਨੂੰ ਮੋਸਟਲੀ ਕੋਸਟ ਪੈ ਜਾਂਦੀ ਤੁਸੀਂ ਮੋਡੀਫਾਈ ਕਰਦੇ ਹੋ ਕਲਰ ਕੋਲ ਕਰਕੇ? ਸਟਾਰਟਿੰਗ 15-20-25 ਹਜ਼ਾਰ ਤੋਂ ਸਟਾਰਟ ਹੋ ਜਾਂਦੀ ਹੈ ਕੋਸਟਿੰਗ, ਕਿ ਚਲੋ ਜੀ ਪਿਛਲਾ ਮਡਗਾਰਡ ਛੋਟਾ ਕਰਤਾ, ਸੀਟ ਪਾਤੀ ਹਾਰਲੇ ਸਟਾਈਲ ਦੀ, ਬੋਵਰ ਹੈਂਡਲ ਲਾਤਾ, ਟਾਇਰ ਜਿਹੜਾ ਉਹ ਸੇਮ ਸਾਈਜ਼ ਰੱਖਿਆ। ਹੁਣ ਜਦੋਂ ਆਪਾਂ ਟਾਇਰ ਚੇਂਜ ਕਰਨ ਦੀ ਗੱਲ ਕਰਦੇ ਹਾਂ, ਫਿਰ 40-45-50, ਠੀਕ ਹੈ। ਫਿਰ ਬੰਦਾ ਕਹਿੰਦਾ ਪੂਰੀ ਗੱਡੀ ਖੋਲ ਕੇ ਮੈਨੂੰ ਪੂਰੀ ਨਵੀਂ ਚਾਹੀਦੀ ਹੈ, ਫਿਰ 70-80 ਤੇ ਪਹੁੰਚ ਗਿਆ, ਫਿਰ ਬੰਦਾ ਕਹਿੰਦਾ ਮੈਨੂੰ ਅੱਗੇ ਵੀ 140 ਚਾਹੀਦਾ, ਫਿਰ ਤਕਰੀਬਨ 1.25 ਲੱਖ ਰੁਪਏ ਦੇ ਆਸ ਪਾਸ ਟੋਟਲ ਮੋਡੀਫਿਕੇਸ਼ਨ ਕੋਸਟ ਹੈ। ਮੇਰੇ ਹਿਸਾਬ ਨਾਲ 1.5-1.5 ਲੱਖ ਤੋਂ ਉੱਤੇ ਕੋਈ ਵੀ ਮੋਡੀਫਿਕੇਸ਼ਨ ਰੋਇਲ ਐਨਫੀਲਡ ਦੇ ਵਿੱਚ ਕਰ ਨਹੀਂ ਸਕਦਾ, ਇਸ ਤੋਂ ਜ਼ਿਆਦਾ ਖਰਚਾ ਨਹੀਂ ਆ ਸਕਦਾ। ਬਾਕੀ ਗੱਲ ਪ੍ਰਮੋਸ਼ਨ ਤੇ ਹੈ ਕਿ ਤੁਸੀਂ ਕਿੰਨੀ ਪ੍ਰਮੋਟ ਕਰਦੇ ਹੋ ਤੇ ਉਸੇ ਹਿਸਾਬ ਨਾਲ ਤੁਹਾਡੇ ਪੈਸੇ ਵੱਧ ਜਾਂਦੇ ਨੇ। ਠੀਕ ਭਾਜੀ, ਹਾਂਜੀ ਭਾਜੀ। ਸੋ ਦਿਸ ਇਜ਼ ਯੋਰ ਓਨ ਸਟੋਰ ਜਿਹਦਾ ਨਾਂ ਹੈ ਰੋਇਲ ਬੁਲਟ, ਅਤੇ ਸੱਚੇ ਪਾਤਸ਼ਾਹ ਅਸੀਂ ਬਿਠਾਏ ਹੋਏ ਨੇ, ਸੱਚੇ ਪਾਤਸ਼ਾਹ ਬਹਿ ਕੇ ਪੂਰੀ ਦੇਖਦੇ ਰਹਿੰਦੇ ਨੇ ਅਸੀਂ ਗਾਹਕ ਨਾਲ ਕੀ ਕਰ ਰਹੇ ਹਾਂ, ਠੀਕ ਹੈ। ਕਿਉਂਕਿ ਕਹਿੰਦੇ ਨੇ ਗਾਹਕ ਭਗਵਾਨ ਹੈ ਲੇਕਿਨ ਮੰਨਦੇ ਨਹੀਂ ਹੈ। ਜਿਹੜਾ ਇਨਸਾਨ ਗਾਹਕ ਨੂੰ ਭਗਵਾਨ ਮੰਨ ਲਏਗਾ ਉਹਦਾ ਕੰਮ ਧੰਦਾ ਨਾ ਟੋਪ ਆਫ ਟਾਪ ਜਾਏਗਾ। ਸਹੀ ਹੈ। ਤੁਹਾਨੂੰ ਕਿੰਨੇ ਸਾਲ ਹੋ ਗਏ ਭਾਜੀ ਕੰਮ ਕਰਦੇ ਨੂੰ? 1964 ਤੋਂ ਹੈ ਜੀ, ਮਤਲਬ ਮੈਂ 3ਜੀ ਪੁਸ਼ਤ ਹਾਂ, ਬੇਟਾ ਹੁਣ 4th ਪੁਸ਼ਤ ਹੈ, ਅੱਛਾ, ਜਿਹੜਾ ਇਸੀ ਲਾਈਨ ਦੇ ਵਿੱਚ ਚੱਲ ਰਿਹਾ। ਠੀਕ ਹੈ ਜੀ। ਤੁਸੀਂ ਪਹਿਲਾਂ ਘੁੰਮਦੇ ਫਿਰਦੇ ਸੀ ਕੁਝ ਗੀਤ? ਮੈਂ ਹੁਣ ਵੀ ਘੁੰਮਦਾ ਫਿਰਦਾ। ਤੁਸੀਂ ਗੀਤ ਹੀ ਗਾਉਂਦੇ ਹੁੰਦੇ ਸੀਗੇ? ਮੈਂ ਹਰ ਸੰਡੇ ਦੌੜ ਜਾਣਾ, ਤਕਰੀਬਨ 700-800 ਕਿਲੋਮੀਟਰ ਦੀ ਰਾਈਡ ਮਾਰਨੇ ਆ ਸਟ੍ਰੈਸ ਫ੍ਰੀ ਵਾਸਤੇ। ਅੱਛਾ, ਪਹਾੜ ਸਾਨੂੰ ਬਹੁਤ ਚੰਗੇ ਲੱਗਦੇ ਨੇ। ਸਹੀ ਹੈ। ਚਲੋ, ਆਲ ਦਾ ਬੈਸਟ ਹੈ ਸਰ। ਆਰਐਮ ਰੋਡੀਜ਼ ਯੂਟਿਊਬ ਚੈਨਲ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ, ਜੇਕਰ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ। ਤੇ ਇਹਨਾਂ ਨੂੰ ਭਾਜੀ ਜ਼ਰੂਰ ਆ ਇਹਨਾਂ ਕੋਲ, ਅਸੀਂ ਤੁਹਾਨੂੰ ਕਹਿੰਦੇ ਹਾਂ ਜੈਨੂਅਨ ਪ੍ਰੋਡਕਟ ਦਿੰਦੇ ਆ। ਥੈਂਕ ਯੂ ਜੀ। ਸਾਨੂੰ 7 ਸਾਲ ਹੋ ਗਏ ਯੂਜ਼ ਕਰਦੇ ਨੂੰ, ਕੋਈ ਦਿੱਕਤ ਨਹੀਂ ਹਜੇ ਤੱਕ ਆਈ ਤੁਹਾਨੂੰ? ਅਸੀਂ ਸਿੱਧਾ ਉਹਨਾਂ ਕੋਲ ਆਏ ਨੋਨ ਸਟੋਪ, ਰੋਤਕ ਚੱਲ ਕੇ ਤੁਹਾਨੂੰ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਜੀ, ਬਹੁਤ ਤੁਹਾਡਾ।